ਨੂੰ ਮੈਂ ਫੋਨ ਟਰਾਈ ਕਰਦਾ ਸੀ ਘਰ ਵਿੱਚ ਉਹਨੂੰ ਮੈਂ ਬਾਰ ਬਾਰ ਪੁੱਛ ਰਿਹਾ ਤੈਨੂੰ ਟੈਨਸ਼ਨ ਕਿਉਂ ਪਈ ਆ ਨਾ ਕਹਿੰਦਾ ਮੈਂ ਆਪਣੇ ਮੁੰਡੇ ਨੂੰ ਮਿਲਣ ਜਾਣਾ ਸੁਖਮਨ ਨਾਂ ਦਾ ਮੁੰਡਾ ਨਾਮ ਕੁੱਟਮਾਰ ਇੱਥੇ ਖਿੱਚ ਕੇ ਲਿਆਇਆ ਜਾਂਦਾ ਸੀਗਾ ਉਹਨੂੰ ਇਹਨਾਂ ਨੂੰ ਬਹੁਤ ਬੇਰਹਿਮੀ ਨਾਲ ਉਹਨੂੰ ਮਾਰਿਆ ਤੇ ਮੈਨੂੰ ਕਹਿ ਰਹੇ ਕਿ ਹਾਂ ਵੀ ਤੈਨੂੰ ਵੀ ਮਾਰ ਦੇਣਾ ਜੇ ਤੂੰ ਕੁਛ ਕੀਤਾ ਮੈਨੂੰ ਇਹ ਕਿਹਾ ਵੀ ਰਾਤੀ ਲੜਾਈ ਬਹੁਤ ਹੋਈ ਆ ਅਤੇ ਜਦੋਂ ਸਾਡੇ ਘਰ ਦੇ ਨਜ਼ਦੀਕ ਹੀ ਮੇਰੇ ਡੈਡੀ ਹੁਣੀ ਵੱਖਰੇ ਰਹਿੰਦੇ ਆ ਜਦੋਂ ਮੈਂ ਜਾ ਕੇ ਦੇਖਿਆ ਤਾਂ ਗੇਟਾਂ 'ਤੇ ਕਾਫੀ ਖੂਨ ਲੱਗਾ ਹੋਇਆ ਸੀ ਗਲੀ ਦੇ ਵਿੱਚ ਵੀ ਕਾਫੀ ਖੂਨ ਸੀਗਾ ਦੱਸਿਆ ਵੀ ਜਿੱਦਾਂ ਰੋਡ ਮਾਰੀ ਉਹਦਾ ਖੂਨ ਇੰਨਾ ਪ੍ਰੈਸ਼ਰ ਜਿੱਦਾਂ ਗੇਟਾਂ 'ਤੇ ਪੈ ਗਿਆ ਸਾਰਾ ਹੀ ਕੁਲਦੀਪ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਮਾਲਾ ਪਿੰਡ ਆ ਕੀ ਇਹ ਹੋਇਆ ਮਾਮਲਾ ਕੀ ਹੈ ਸਾਰਾ ਇਹ ਜੀ ਤੇ ਮੇਰਾ ਭਰਾ ਵਿਆਹਿਆ ਹੋਇਆ ਸੀਗਾ ਜੀ ਕੀ ਨਾਮ ਭਰਾ ਦਾ ਜੀ ਸ਼ੇਰ ਸਿੰਘ ਸੀ ਜੀ ਕਿਹੜੇ ਪਿੰਡ ਵਿਆਹਿਆ ਸੀ ਜੀ ਪੱਦੀ ਜਗੀਰ ਵਿਆਹਿਆ ਸੀਗਾ ਕੀ ਮਾਮਲਾ ਕੀ ਹੈਗਾ ਸਾਰਾ ਮਾਮਲਾ ਜੀ ਬਸ ਕੁੱਟਮਾਰ ਕੀਤੀ ਗਈ ਉਹਨੂੰ ਧੱਕੇ ਨਾਲ ਦਵਾਈ ਪੜਾਈ ਅਤੇ ਨਾ ਰੋਡ ਸਾਈਡ 'ਚ ਮਾਰੇ ਗਏ ਅਤੇ ਮਾਰਿਆ ਉਹਨੂੰ ਉਹਨਾਂ ਦਾ ਨਾਮ ਜਸਵੀਰ ਆ ਮੇਰੀ ਭਰਜਾਈ ਦਾ ਨਾਮ ਜਸਵੀਰ ਆ ਜੀ ਆਪਣੇ ਜੀ ਉਹਦਾ ਜਿਹੜਾ ਸਾਲਾ ਸੀਗਾ ਦੀਪਾ ਆ ਜੀ ਉਹਨਾਂ ਨੇ ਰਲ ਮਿਲ ਕੇ ਮਾਰਿਆ ਜੀ ਉਹਦੇ ਆਪਣੇ ਜੀ ਉਹਨਾਂ ਦੀ ਮੰਮੀ ਨੇ ਵੀ ਮਾਰਿਆ ਰਲ ਮਿਲ ਕੇ ਉਹਨਾਂ ਦੇ ਡੈਡੀ ਨੇ ਰਲ ਮਿਲ ਕੇ ਮਤਲਬ ਕਿ ਹੱਤਿਆ ਕੀਤੀ ਆ ਰੋਡ ਸਾਈਡ 'ਚ ਮਾਰੇ ਗਏ ਆ ਅਤੇ ਮਤਲਬ ਜੀ ਇੱਥੇ ਖਿੱਚ ਕੇ ਲਿਆਉਂਦੇ ਸੀ ਜਦੋਂ ਉਹਨਾਂ ਨੇ ਇੱਥੇ ਲਿਆ ਕੇ ਸਿੱਟਿਆ ਉਹਦੇ ਮੌਕੇ 'ਤੇ ਮੈਂ ਪਹੁੰਚਿਆ ਆਹ ਵਾਲੀ ਜਗ੍ਹਾ ਆ ਜੀ ਅਤੇ ਆਹ ਵਾਲੀ ਜਗ੍ਹਾ ਸਿੱਟਿਆ ਜਦ ਕਿ ਪਹੁੰਚਿਆ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹਨਾਂ ਨੇ ਮੈਡੀ ਵੀ ਹੈਲਪ ਨਹੀਂ ਕੀਤੀ ਉਹਨਾਂ ਨੂੰ ਮੈਂ ਆਵਾਜ਼ਾਂ ਮਾਰੀਆਂ ਕਿ ਹੈਲਪ ਕਰਾ ਦਿਉ ਕਿ ਸ਼ਾਇਦ ਬਚ ਜਾਣਗੇ ਪਰ ਨਹੀਂ ਬਚੇ ਉਹਨਾਂ ਨੇ ਮੈਂ ਫਿਰ ਲੈ ਕੇ ਗਿਆ ਉਹਨੂੰ ਜਦ ਤਾਈਂ ਲੈ ਗਿਆ ਸਾਹ ਮੁੱਕ ਚੁੱਕੇ ਸੀਗੇ ਆਪਣੇ ਸਿਵਲ ਹਸਪਤਾਲ ਬੜੇ ਪਿੰਡ ਲੈ ਗਏ ਬੜੇ ਪਿੰਡ ਉਹਨਾਂ ਨੇ ਗਾਂ ਜਲੰਧਰ ਜੀ ਭੇਜ ਦਿੱਤਾ ਜਲੰਧਰ ਵਾਸੀ ਜੀ ਸਾਹ ਖਤਮ ਹੋਏ ਸੀਗੇ ਕਿ ਡੈੱਡ ਬੋਡੀ 'ਚ ਫਿਰ ਤਾਂ ਕੁਛ ਵੀ ਨਹੀਂ ਸੀਗਾ ਪੁਲਿਸ ਵਾਲਿਆਂ ਨੇ ਕੁਛ ਵੀ ਆਪਣੀ ਸੁਣਵਾਈ ਨਹੀਂ ਕੀਤੀ ਹੈਗੀ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਕਿਹਨੇ ਦੱਸਿਆ ਇੱਥੇ ਕੁੱਟਮਾਰ ਹੋ ਰਹੀ ਹੈ ਤੁਹਾਡੇ ਭਰਾ ਨਾਲ ਜੀ ਹਾਂਜੀ ਉਹਨੂੰ ਮੈਂ ਫੋਨ ਟਰਾਈ ਕਰਦਾ ਸੀ ਘਰ ਵਿੱਚ ਉਹਨੂੰ ਮੈਂ ਬਾਰ ਬਾਰ ਪੁੱਛ ਰਿਹਾ ਤੈਨੂੰ ਟੈਨਸ਼ਨ ਕਿਉਂ ਪਈ ਆ ਨਾ ਕਹਿੰਦਾ ਮੈਂ ਆਪਣੇ ਮੁੰਡੇ ਨੂੰ ਮਿਲਣ ਜਾਣਾ ਸੁਖਮਨ ਨਾਂ ਦਾ ਮੁੰਡਾ ਨਾਮ ਉਹਨੂੰ ਮਿਲਣ ਜਾਣਾ ਆ ਕਹਿੰਦਾ ਕਿ ਮੈਂ ਮਿਲ ਕੇ ਅੱਜ ਆਉਣਾ ਆ ਮੈਂ ਕਿਹਾ ਤੁਸੀਂ ਨਾ ਜਾਇਓ ਅਤੇ ਫਿਰ ਉਹ ਫੋਨ ਚੱਕਣੋਂ ਹਟ ਗਿਆ ਅਤੇ ਫਿਰ ਮੈਨੂੰ ਟੈਨਸ਼ਨ ਪੈ ਗਈ ਮੈਂ ਫਿਰ ਆਪਣੇ 11:43 'ਤੇ ਇੱਥੇ ਕਿ ਆਪਣਾ ਫੋਨ ਚੱਕਣੋਂ ਹਟ ਗਿਆ ਅਤੇ ਫਿਰ ਮੈਂ ਆਇਆ ਮੇਰੇ ਤੋਂ ਡਿਟੇਲ ਆ ਫੋਨ 'ਤੇ ਅਤੇ ਫਿਰ ਮੈਂ ਆਇਆ ਅਤੇ ਆਹ ਕੁਛ ਦੇਖਿਆ ਇੱਥੇ ਆਹ ਕੁਛ ਹੋ ਰਿਹਾ ਸੀਗਾ ਜਦੋਂ ਤੁਸੀਂ ਮੌਕੇ 'ਤੇ ਪਹੁੰਚੇ ਕੁੱਟਮਾਰ ਹੋ ਰਹੀ ਸੀ ਹਾਂਜੀ ਕੁੱਟਮਾਰ ਇੱਥੇ ਖਿੱਚ ਕੇ ਲਿਆਇਆ ਜਾਂਦਾ ਸੀਗਾ ਉਹਨੂੰ ਇਹਨਾਂ ਨੂੰ ਬਹੁਤ ਬੇਰਹਿਮੀ ਨਾਲ ਉਹਨੂੰ ਮਾਰਿਆ ਅਤੇ ਮੈਨੂੰ ਕਹਿ ਰਹੇ ਕਿ ਹਾਂ ਵੀ ਤੈਨੂੰ ਵੀ ਮਾਰ ਦੇਣਾ ਜੇ ਤੂੰ ਕੁਛ ਕੀਤਾ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਕਰਦੇ ਇਨਸਾਫ ਚਾਹੀਦਾ ਆ ਜਿਹੜੇ ਦੋਸ਼ੀ ਆ ਉਹਨਾਂ ਨੂੰ ਮਤਲਬ ਫੜਿਆ ਜਾਵੇ ਜਿਹੜਾ ਵੀ ਬਣਦਾ ਕਾਰਨ ਮਤਲਬ ਸਭ ਕੁਛ ਉਹ ਹੋਇਆ ਉਹ ਕੀਤਾ ਜਾਵੇ ਪੁਲਿਸ ਕੋ ਗਏ ਕੀ ਕਾਰਵਾਈ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਆਪਣੇ ਉਹਨਾਂ ਨੇ ਕੁਛ ਨਹੀਂ ਸਾਡੀ ਸੁਣੀ ਨਹੀਂ ਜੀ ਉਹਨੇ ਸੁਣਵਾਈ ਨਹੀਂ ਕੀਤੀ ਹੈਗੀ ਜੀ ਉਹਨਾਂ ਦਾ ਕੇਸ ਪਹੁੰਚਿਆ ਹੋਇਆ ਫਿਰ ਵੀ ਸੁਣਵਾਈ ਨਹੀਂ ਕੀਤੀ ਹੈਗੀ ਜੀ ਕੁਛ ਨਹੀਂ ਗੱਲ ਇੱਦਾਂ ਦੀ ਹੋਈ ਹੈਗੀ ਜੀ ਸੰਸਕਾਰ ਹੋ ਗਿਆ ਹਾਂਜੀ ਸੰਸਕਾਰ ਹੋ ਗਿਆ ਜੀ ਡੈੱਡ ਬੋਡੀ ਵੀ ਨਹੀਂ ਦੇ ਰਹੇ ਸੀਗੇ ਜੀ ਬਹੁਤ ਔਖੇ ਹੋ ਕੇ ਲਿਆਉਂਦੀ ਆ ਉੱਥੋਂ ਜੀ ਕੰਮ ਕੀ ਕਰਦਾ ਸੀ ਤੁਹਾਡਾ ਭਰਾ ਜੀ ਲੱਕੜ ਦਾ ਕੰਮ ਕਰਦਾ ਜੀ ਠੇਕੇ ਲੈਂਦਾ ਸੀਗਾ ਆਪਣੇ ਜੀ ਦਰਖਤ ਪੱਟਣ ਦੇ ਅਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 10 ਸਾਲ ਹੋ ਗਏ ਸੀ ਵਿਆਹ ਨੂੰ ਝਗੜੇ ਦਾ ਕਾਰਨ ਕੀ ਹੈਗਾ ਇਹ ਝਗੜੇ ਦਾ ਜੀ ਕਾਰਨ ਕੁਛ ਵੀ ਨਹੀਂ ਜੀ ਆਪਣੇ 5 ਲੱਖ ਰੁਪਇਆ ਕੁੜੀ ਮੰਗ ਰਹੀ ਸੀਗੀ 5 ਲੱਖ ਉਹਨੇ ਦਿੱਤਾ ਨਹੀਂ ਉਹਦੇ ਕੋਲ ਪੈਸੇ ਨਹੀਂ ਸੀ ਰੋਜ਼ ਕਮਾਉਣ ਵਾਲਾ ਬੰਦਾ ਸੀਗਾ ਉਹ ਮਿਹਨਤੀ ਬਹੁਤ ਸੀਗਾ 5 ਲੱਖ ਰੁਪਇਆ ਕਿੱਥੋਂ ਦੇਣਾ ਉਹਨੇ ਸੀਗਾ ਅਤੇ ਫਿਰ ਇਸੇ ਗੱਲ 'ਤੇ ਮਾੜੀ ਜਿਹੀ ਗੱਲ 'ਤੇ ਝਗੜਾ ਇਹਨਾਂ ਨੇ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਹਨੂੰ ਮਾਰ ਹੀ ਦਿੱਤਾ ਹੁਣ ਅਲੱਗ ਰਹਿੰਦੇ ਸੀ ਦੋਨੇ ਹਾਂਜੀ ਅਲੱਗ ਰਹਿੰਦੇ ਸੀਗੇ ਜੀ ਕਿੰਨੀ ਚਿਰ ਤੋਂ ਜੀ 2 ਸਾਲ ਤੋਂ ਅਲੱਗ ਰਹਿੰਦੇ ਸੀਗੇ ਮਨਜੀਤ ਲਾਲ 5 ਜੀ ਵਾਰਡ ਨੰਬਰ 2 ਕਿਹੜਾ ਪਿੰਡ ਹੈ ਜੀ ਪੱਦੀ ਜਗੀਰ ਕੀ ਇਹ ਮਾਮਲਾ ਕੀ ਹੋਇਆ ਜਿਹੜਾ ਸਾਰਾ ਇੱਥੇ ਕੁੱਟਮਾਰ ਦੇ ਇਹ ਜੀ ਰਾਤ ਨੂੰ ਜਿੱਦਾਂ ਲੜਾਈ ਹੋਈ ਆ ਇਹਦੀ ਜਿੱਦਾਂ ਮੁੱਲੇ ਵਾਲਿਆਂ ਨੇ ਮੇਰਾ ਕਾਫੀ ਗੇਟ ਵੀ ਖੜਕਾਇਆ ਮੈਨੂੰ ਕੂਲਰ ਦੇ ਵਿੱਚ ਨਹੀਂ ਪਤਾ ਲੱਗਾ ਪਰ ਜਦੋਂ ਮੈਂ ਸਵੇਰ ਨੂੰ ਉੱਠਿਆ ਤਾਂ ਸਾਰੇ ਮੁੱਲੇ ਵਾਲਿਆਂ ਨੇ ਮੈਨੂੰ ਇਹ ਕਿਹਾ ਵੀ ਰਾਤੀ ਲੜਾਈ ਬਹੁਤ ਹੋਈ ਆ ਅਤੇ ਜਦੋਂ ਸਾਡੇ ਘਰ ਦੇ ਨਜ਼ਦੀਕ ਹੀ ਮੇਰੇ ਡੈਡੀ ਹੁਣੀ ਵੱਖਰੇ ਰਹਿੰਦੇ ਆ ਜਦੋਂ ਮੈਂ ਜਾ ਕੇ ਦੇਖਿਆ ਤਾਂ ਗੇਟਾਂ 'ਤੇ ਕਾਫੀ ਖੂਨ ਲੱਗਾ ਹੋਇਆ ਸੀ ਗਲੀ ਦੇ ਵਿੱਚ ਵੀ ਕਾਫੀ ਖੂਨ ਸੀਗਾ ਅਤੇ ਮੈਨੂੰ ਫਿਰ ਸਾਰਿਆਂ ਨੇ ਕਿਹਾ ਵੀ ਤੂੰ ਉੱਠਿਆ ਨਹੀਂ ਕਿਹਾ ਵੀ ਰਾਤੀ ਇੱਥੇ ਕੁੱਟ ਕਟਾਪਾ ਬਹੁਤ ਹੋਇਆ ਵੀ ਉਹਨਾਂ ਦੇ ਮੁੰਡੇ ਦੇ ਕੋਲ ਰੋਡ ਫੜੀ ਹੋਈ ਸੀ ਉਹਨਾਂ ਸ਼ਹਿਰ 'ਚ ਮਾਰੀ ਸਾਡੇ ਉਹ ਥੜੀ 'ਤੇ ਆਣ ਕੇ ਬੈਠਾ ਸੀਗਾ ਮੈਂ ਦੇਖਿਆ ਤਾਂ ਨਹੀਂ ਹੈਗਾ ਮੈਨੂੰ ਜਿੱਦਾਂ ਨਹੀਂ ਦੱਸਿਆ ਵੀ ਜਿੱਦਾਂ ਰੋਡ ਮਾਰੀ ਉਹਦਾ ਖੂਨ ਇੰਨਾ ਪ੍ਰੈਸ਼ਰ ਜਿੱਦਾਂ ਗੇਟਾਂ 'ਤੇ ਪੈ ਗਿਆ ਸਾਰਾ ਹੀ ਕਿੰਨੇ ਕੁ ਵਜੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਵੀ ਘਰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਇੱਥੇ ਕਹਿੰਦੇ ਕੋਈ ਇਨਕੁਆਇਰੀ ਵਗੈਰਾ ਵੀ ਨਹੀਂ ਪੁਲਿਸ ਵੱਲੋਂ ਕੀਤੀ ਗਈ ਦੇਖੋ ਜੀ ਪੁਲਿਸ ਮੁਲਾਜ਼ਮ ਆਏ ਸੀਗੇ ਕਿਸੇ ਤੋਂ ਕੁਛ ਨਹੀਂ ਪੁੱਛਿਆ ਉਹ ਸਿੱਧੇ ਉਹਨਾਂ ਦੇ ਘਰੇ ਗਏ ਆ ਪਤਾ ਨਹੀਂ ਉਹਨਾਂ ਦੀ ਉੱਥੇ ਜਾ ਕੇ ਕੀ ਗੈਟਮੈਟ ਹੋਈ ਆ ਤੇ ਚਲੇ ਗਏ ਆ ਕਿਸੇ ਤੋਂ ਕੋਈ ਪੁੱਛਗਿੱਛ ਨਹੀਂ ਹੋਈ ਨਹੀਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਬਲੱਡ ਇੱਥੇ ਕਿੰਨੇ ਦਿਨਾਂ ਬਾਅਦ ਫਿਰ ਤੁਹਾਡੇ ਬਲੱਡ ਜੀ ਦੇਖੋ ਤੀਜੇ ਦਿਨ ਸਾਡੇ ਘਰਦਿਆਂ ਨੇ ਮੰਮੀ ਡੈਡੀ ਹੋਣੀ ਤੀਜੇ ਦਿਨ ਸਾਫ਼ ਕੀਤਾ ਉਹਨੇ ਗੇਟ ਸਾਰਾ ਹੀ
कुटमार हुई सामने सारा महला इथे खड़ा जी सामने सारे सामने वारदात हुई रात इथे जिदा भरा ने दसा की घड़ीसते हुए उ जिथे चौंता है उत्थे लैके गए उ काफी कुटमार की हाँ जी बाकी हम देख लो जी उ कोई कैमरे वगैरह कोई लगे तो चेक कर सकते हैं पर कुटमार जरूर हुई वो ये शेर सिंह गिल की मतलब इनफॉर्मेशन आई सी कि पॉइजनिंग केस है जरा इन्हू रैफर करता जलंधर जलंधरों जो गया स्टेटमेंट लैन तो उसकी डैथ हो गई सी इस असी इनवैसटीगेशन पोस्टमार्टम करवाया तो ज गंभीरता नाली जी जाँच कर रहे हैं जैसा जिदा का भी कोई मामला ध्यान आया कोई भी किसी का कसूर पाया गया उसके खिलाफ सख्त कार्रवाई करा लड़की अपने पिंड छड़ के तो होर पिंड जाके बेसिकली इन्हों का पिंड माला पिंड है अपने गुराया इलाके पिंड है तो जो मैटर जो है इनवैसटीगेट कर रहे हैं जोड़ा भी बच्चे इन शामिल हो मतलब उन्होंने बख्शा भी नहीं है तो मतलब जो जांच जी पोस्टमार्टम करा चुके हैं जिदा का भी रिपोर्ट आऊगी उस हिसाब ना कार्रवाई करें सर पद्दी जगीर के जो निवासी है वो कह रहे हैं साढ़े किसी भी तफ्तीश में शामिल नहीं किया गया ना साड़ी कोई इनकुआरी बारे साढ़े बयान लै गए बेसिकली साढ़े गए से आईओ साहब उ सारा मैटर देख के आए हैं कुछ लोग उत्थे प्रेजेंट नहीं होंगे बाकी जोड़े है कुछ सी उ पिंड के मुतबर सरपंच होर लोगों नाल लैके ही उतो तफ्तीश की फिलहाल हम तक तो की कर रही है जी फिलहाल असी ये पोस्टमार्टम करवाया ये बोर्ड राही असी पोस्टमार्टम करवाया बोर्ड जोड़े पंच मैंबर डॉक्टर उन्होंने बाकी उन्होंने जो है लैब के टेस्ट भेजे जिदा की रिपोर्ट आऊगी वैसे आप कार्रवाई करा